ਕਰਨ ਔਜਲਾ ਤੇ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਪੰਜਾਬੀ ਗਾਇਕ ਏਕਪੀ ਢਿੱਲੋਂ ਵੀ ਬਹੁਤ ਜਲਦ ਇੰਡੀਆ ਟੂਰ ਕਰਨ ਜਾ ਰਹੇ ਨੇ ਤੇ ਉਹਨਾਂ ਦੇ ਇੰਡੀਆ ਟੂਰ ਨੂੰ ਲੈ ਕੇ ਵੀ ਉਹਨਾਂ ਦੇ ਫੈਨਸ ਦੇ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ। ਇੱਦਾਂ ਨਜ਼ਰ ਆ ਰਿਹਾ ਹੈ ਕਿ ਦਸੰਬਰ ਮਹੀਨਾ ਸਾਰੇ ਮਿਊਜ਼ਿਕ ਫੈਨਸ ਦੇ ਲਈ ਬਹੁਤ ਹੀ ਵਧੀਆ ਚੜ੍ਹਨ ਵਾਲਾ ਹੈ, ਕਿਉਂਕਿ ਸਾਰੇ ਇੱਕ ਤੋਂ ਇੱਕ ਗਾਇਕ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਪੂਰੇ ਇੰਡੀਆ ਭਾਰਤ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਉਤਸ਼ਾਹ ਰਹਿੰਦਾ, ਉਹ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਪਰਫੋਰਮ ਕਰਨ ਜਾ ਰਹੇ ਨੇ ਤੇ ਪੰਜਾਬੀਆਂ ਦੇ ਪਸੰਦ ਦਾ, ਫਿਰ ਚਾਹੇ ਉਹ ਏਪੀ ਢਿੱਲੋਂ ਹੋਣ, ਦਲਜੀਤ ਦੋਸਾਂਝ ਹੋਣ ਜਾਂ ਫਿਰ ਕਰਨ ਔਜਲਾ ਹੋਵੇ, ਤਿੰਨੋਂ ਹੀ ਬੈਕ ਟੂ ਬੈਕ ਸ਼ੋਅ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਕਰਨ ਜਾ ਰਹੇ ਨੇ, ਜਿਨ੍ਹਾਂ ਨੂੰ ਲੈ ਕੇ ਫੈਨਸ ਦੇ ਵਿੱਚ ਕਾਫੀ ਜ਼ਿਆਦਾ ਐਕਸਾਈਟਮੈਂਟ ਹੈ। ਤੇ ਏਪੀ ਢਿੱਲੋਂ ਦੇ ਸ਼ੋਅ ਦੀ ਜੇ ਗੱਲ ਕਰੀਏ, ਦੀ ਬਰਾਊਨ ਪ੍ਰਿੰਟ ਜਿਹੜਾ, ਜਿੱਦਾਂ ਹੀ ਇਸ ਸ਼ੋਅ ਦੀਆਂ ਟਿਕਟਾਂ ਲਾਈਵ ਹੁੰਦੀਆਂ ਨੇ, 15 ਮਿੰਟ ਦੇ ਵਿੱਚ ਹੀ ਏਪੀ ਢਿੱਲੋਂ ਦੇ ਸ਼ੋਅ ਦੀਆਂ ਵੀ ਟਿਕਟਾਂ ਜਿਹੜੀਆਂ ਨੇ ਸੋਲਡ ਆਊਟ ਹੋ ਜਾਂਦੀਆਂ ਨੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਏਪੀ ਢਿੱਲੋਂ ਦੇ ਸ਼ੋਅ ਦੀਆਂ ਟਿਕਟਸ ਜਿਹੜੀਆਂ ਨੇ 15 ਮਿੰਟ ਦੇ ਵਿੱਚ ਸਾਰੀਆਂ ਸੋਲਡ ਆਊਟ ਹੋ ਜਾਂਦੀਆਂ ਨੇ। ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਹਾਂ ਕਿ ਏਪੀ ਢਿੱਲੋਂ ਦਾ ਜਿਹੜਾ ਲਾਈਵ ਸ਼ੋਅ ਹੈ, ਜਿਹੜਾ ਇਹਨਾਂ ਦਾ ਇੰਡੀਆ ਟੂਰ ਹੈ ਜਿਸਦਾ ਨਾਮ ਹੈ ਦੀ ਬਰਾਊਨ ਪ੍ਰਿੰਟ, ਜਿਹੜਾ ਉਹ ਮੁੰਬਈ ਦੇ ਵਿੱਚ ਦਸੰਬਰ 7 ਨੂੰ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਨਿਊ ਦਿੱਲੀ ਦੇ ਵਿੱਚ 14 ਦਸੰਬਰ ਨੂੰ ਏਪੀ ਢਿੱਲੋਂ ਦਾ ਸ਼ੋਅ ਹੈ ਤੇ ਚੰਡੀਗੜ੍ਹ ਦੇ ਵਿੱਚ 21 ਦਸੰਬਰ ਨੂੰ ਏਪੀ ਢਿੱਲੋਂ ਦਾ ਸ਼ੋਅ ਹੈ। ਤੇ ਜਦੋਂ ਇਹ ਸ਼ੋਅ ਦੀਆਂ ਟਿਕਟਾਂ ਲਾਈਵ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਸਾਰੀਆਂ ਟਿਕਟਸ 15 ਮਿੰਟ ਦੇ ਵਿੱਚ ਸੋਲਡ ਆਊਟ ਹੋ ਜਾਂਦੀਆਂ ਨੇ। ਤੇ ਕਰੋੜਾਂ ਦੀ ਸੇਲ ਕੀਤੀ ਹੈ ਏਪੀ ਢਿੱਲੋਂ ਦੇ ਸ਼ੋਅ ਨੇ ਤੇ ਜਿੱਥੇ ਕੈਨੇਡਾ ਦੇ ਸਿੰਗਰ ਰਹਿਣ ਵਾਲੇ ਨੇ ਤਾਂ ਕਾਫੀ ਜ਼ਿਆਦਾ ਚਰਚਾਵਾਂ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਨੇ। ਤੇ ਅੱਜ ਕੱਲ੍ਹ ਤਾਂ ਏਪੀ ਢਿੱਲੋਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿ ਰਹੇ ਨੇ। ਉਹ ਅਕਸਰ ਹੀ ਕੋਈ ਨਾ ਕੋਈ ਵੀਡੀਓਜ਼ ਆਪਣੀਆਂ, ਫਿਰ ਚਾਹੇ ਉਹਨਾਂ ਦੀ ਲਾਈਵ ਸਿੰਗਿੰਗ ਦੀ ਹੋਵੇ ਜਾਂ ਕੋਈ ਉਹਨਾਂ ਦੇ ਆਉਣ ਵਾਲੇ ਗਾਣੇ ਦੀ ਹੋਵੇ, ਉਹ ਸਾਂਝੀਆਂ ਕਰਦੇ ਹੀ ਰਹਿੰਦੇ ਨੇ। ਤੇ ਫੈਨਸ ਉਹਨਾਂ ਦੀਆਂ ਪੋਸਟ ਨੂੰ ਵੀ ਕਾਫੀ ਜ਼ਿਆਦਾ ਪਿਆਰ ਦਿੰਦੇ ਨੇ। ਤੇ ਹਾਲ ਹੀ ਦੇ ਵਿੱਚ ਏਪੀ ਢਿੱਲੋਂ ਦਾ ਗਾਣਾ ਜਿਹੜਾ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੇ ਨਾਲ ਆਇਆ ਸੀ, ਜੀ ਹਾਂ, ਓਲਡ ਮਨੀ ਜਿਹੜਾ ਗਾਣਾ ਰਿਲੀਜ਼ ਹੁੰਦਾ, ਜਿਸਦੇ ਵਿੱਚ ਸੰਜੇ ਦੱਤ ਤੇ ਸਲਮਾਨ ਖਾਨ ਜਿਹੜੇ ਨੇ ਉਹ ਐਕਟ ਕਰਦੇ ਹੋਏ ਨਜ਼ਰ ਆਉਂਦੇ ਨੇ। ਤੇ ਸਲਮਾਨ ਖਾਨ ਜਿਹੜੇ ਨੇ ਤੇ ਬਾਲੀਵੁੱਡ ਦੇ ਵਿੱਚ ਹੋਰ ਵੀ ਕਈ ਅਜਿਹੇ ਅਦਾਕਾਰ ਨੇ ਜੋ ਕਿ ਏਪੀ ਢਿੱਲੋਂ ਦੇ ਵੱਡੇ ਫੈਨਸ ਨੇ ਤੇ ਅਕਸਰ ਹੀ ਏਪੀ ਢਿੱਲੋਂ ਉਹਨਾਂ ਦੇ ਨਾਲ ਨਜ਼ਰ ਵੀ ਆਉਂਦੇ ਨੇ। ਤੇ ਬਾਲੀਵੁੱਡ ਦੀਆਂ ਹਸੀਨ ਅਦਾਕਾਰਾਂ ਵੀ ਜਿਹੜੀਆਂ ਨੇ ਉਹ ਵੀ ਏਪੀ ਢਿੱਲੋਂ ਦੀਆਂ ਫੈਨਸ ਨੇ, ਫਿਰ ਚਾਹੇ ਉਹ ਖੁਸ਼ੀ ਕਪੂਰ ਹੋਵੇ, ਅਨੰਨਿਆ ਪਾਂਡੇ ਹੋਵੇ, ਸਾਰੇ ਹੀ ਏਪੀ ਢਿੱਲੋਂ ਦੇ ਕਾਫੀ ਵੱਡੇ ਫੈਨਸ ਨੇ। ਤੇ ਅੰਬਾਨੀਆਂ ਦੇ ਵਿਆਹ ਦੇ ਵਿੱਚ ਵੀ ਸਾਡੇ ਪੰਜਾਬੀ ਮੁੰਡੇ ਨੇ ਕਾਫੀ ਰੌਣਕਾਂ ਲਗਾਈਆਂ ਤੇ ਉਸ ਤੋਂ ਬਾਅਦ ਅਨੰਨਿਆ ਪਾਂਡੇ ਵੀ ਏਪੀ ਢਿੱਲੋਂ ਦੇ ਨਾਲ ਖੂਬ ਡਾਂਸ ਕਰਦੀ ਹੋਈ ਅੰਬਾਨੀਆਂ ਦੇ ਵਿਆਹ ਦੇ ਵਿੱਚ ਦਿਖਾਈ ਦਿੱਤੀ ਹੈ। ਤੇ ਉਸ ਤੋਂ ਬਾਅਦ ਹੁਣ ਜਿੱਦਾਂ ਹੀ ਇੰਡੀਆ ਟੂਰ ਅਨਾਊਂਸ ਹੁੰਦਾ ਤੇ ਫੈਨਸ ਦੇ ਵਿੱਚ ਹੋਰ ਵੀ ਜ਼ਿਆਦਾ ਐਕਸਾਈਟਮੈਂਟ ਵੱਧ ਜਾਂਦੀ ਹੈ। ਤੇ ਦਸੰਬਰ ਮਹੀਨਾ ਮਿਊਜ਼ਿਕ ਲਵਰਸ ਦੇ ਲਈ ਕਾਫੀ ਜ਼ਿਆਦਾ ਖੁਸ਼ੀਆਂ ਲੈ ਕੇ ਆ ਰਿਹਾ, ਕਿਉਂਕਿ ਪੰਜਾਬ ਦੇ 3 ਹਿੱਟ ਸਿੰਗਰਸ ਜਿਨ੍ਹਾਂ ਨੂੰ ਸੁਣਨ ਦੇ ਲਈ ਫੈਨਸ ਤਰਸਦੇ ਨੇ, ਜਿਨ੍ਹਾਂ ਦਾ ਜਿੱਦਾਂ ਹੀ ਕੋਈ ਗਾਣਾ ਰਿਲੀਜ਼ ਹੁੰਦਾ ਮਿੰਟਾਂ ਦੇ ਵਿੱਚ ਕਈ ਮਿਲੀਅਨ ਵਿਊਜ਼ ਉਸ ਗਾਣੇ ਨੂੰ ਮਿਲ ਜਾਂਦੇ ਨੇ, ਫਿਰ ਚਾਹੇ ਉਹ ਕੋਈ ਵੀ ਗਾਣਾ ਹੋਵੇ। ਜੀ ਹਾਂ, ਤੁਹਾਨੂੰ ਦੱਸ ਦੇ ਕਿ ਦਿਲਜੀਤ ਦੋਸਾਂਝ, ਕਰਨ ਔਜਲਾ ਤੇ ਏਪੀ ਢਿੱਲੋਂ ਤਿੰਨੋਂ ਦਸੰਬਰ ਦੇ ਵਿੱਚ ਇੰਡੀਆ 'ਚ ਆਪਣਾ ਟੂਰ ਕਰਨ ਜਾ ਰਹੇ ਨੇ। ਤੇ ਤਿੰਨਾਂ ਦੇ ਟੂਰਸ ਨੂੰ ਲੈ ਕੇ ਹੀ ਸਾਡੇ ਪੰਜਾਬੀਆਂ ਦੇ ਵਿੱਚ ਜਾਂ ਇੰਡੀਆ ਦੇ ਸਾਰੇ ਫੈਨਸ ਦੇ ਵਿੱਚ ਕਾਫੀ ਜ਼ਿਆਦਾ ਐਕਸਾਈਟਮੈਂਟ ਹੈ। ਅਤੇ ਤਿੰਨਾਂ ਕਲਾਕਾਰਾਂ ਦੇ ਸ਼ੋਅ ਜਿੱਦਾਂ ਹੀ ਅਨਾਊਂਸ ਹੁੰਦੇ ਨੇ, ਜਿੱਦਾਂ ਹੀ ਟਿਕਟਸ ਲਾਈਵ ਹੁੰਦੀਆਂ ਨੇ, ਕੁਝ ਹੀ ਮਿੰਟਾਂ ਦੇ ਵਿੱਚ ਸੋਲਡ ਆਊਟ ਹੋ ਜਾਂਦੀਆਂ ਨੇ। ਅਤੇ ਇਹੀ ਹਾਲ ਪਹਿਲਾਂ ਕਰਨ ਔਜਲਾ ਦੇ ਸ਼ੋਅ ਦਾ ਸੀ, ਫਿਰ ਦਿਲਜੀਤ ਦੋਸਾਂਝ ਦੇ ਸ਼ੋਅ ਦਾ ਰਿਹਾ, ਅਤੇ ਹੁਣ ਏਪੀ ਢਿੱਲੋਂ ਦੇ ਸ਼ੋਅ ਦਾ ਵੀ ਇਹੀ ਹਾਲ ਹੈ, ਜਿੱਦਾਂ ਹੀ ਟਿਕਟਸ ਲਾਈਵ ਹੋਈਆਂ 15 ਮਿੰਟ ਦੇ ਵਿੱਚ ਸੋਲਡ ਆਊਟ ਹੋ ਜਾਂਦੀਆਂ ਨੇ।